بسم الله الرحمن الرحيم شروع اللہ کے نام سے جو بڑا مہربان نہایت رحم والا ہے. ਮੇਡੀਆਂ ਢੋਲੋਂ ਸਿਪਾਹੀਆ ਤੈਨੂੰ ਰੱਬ ਦੀਆਂ ਰੱਖਾਂ ਤੈਨੂੰ ਰੱਬ ਦੀਆਂ ਰੱਖਾਂ ਅਜੂ ਤੱਕ ਦੀਆਂ ਤੈਨੂੰ ਹਰੇ ਜਗ ਦੀਆਂ ਅੱਖਾਂ ਮੇਰੇ ਢੋਲੋਂ ਸਿਪਾਹੀਆ ਇਹ ਹਾਲ ਰਿਹਾ ਅੱਲਾ ਦੇ ਹੁਕਮ ਨਾਲ ਸਾਨੂੰ ਜੋ ਠੀਕ ਐਂਸਰ ਵੰਜਣੀ ਹੈ ਮੇਰੇ ਢੋਲੋ ਸਿਪਾਹੀਆ ਤੈਨੂੰ ਰੱਬ ਦੀਆਂ ਰੱਖਾ ਹਕੂਮਤ ਇੱਕ ਤਾਂ ਸਾਡੇ ਤੇ ਬਲਾ ਬਈ ਅਖਤੀ ਥਈ ਕਲੀਏ ਤੇ ਕਿਹੜੇ ਪਾਸੇ ਬੰਦਾ ਵੰਜੇ ਉਹ ਕੁਛ ਨਾ ਇਸ ਤੂੰ ਚੰਗੀ ਜਾਂ ਹੀ ਕੋ ਨਹੀਂ ਮੈਂ ਤਾਂ ਥਾਂ ਅੱਜ ਹਾਂ ਬਾਰਾਂ ਦੀ ਪੱਤਰ ਕੇ ਵੱਲ ਦੋਨੋਂ ਕੋਈ ਸਮਝ ਨਹੀਂ ਪਈ ਆਉਂਦੀ ਉਹ ਭੁੱਲੋ ਕਬਰਸਤਾਨ ਦੀ ਬਰਬਾਦੀ ਕਰ ਦਿੱਤੀ ਨੇ ਬਰਬਾਦੀ ਕਿਹੜਾ ਅੱਜ ਅੱਧੀ ਕਲਾਮ ਪੜ੍ਹੀਏ ਅੱਧੀ ਕਲਾਮ ਪੜ੍ਹੀਏ ਅੱਧੀ ਕਲਾਮ ਪੜ੍ਹੀਏ ਕਲਾਮ ਪੜ੍ਹਨ ਦੇ ਪੋਇਆ ਕਿਹੜਾ ਕਲਾਮ ਅੱਗੇ ਮੈਨੂੰ ਤਲਾਸ਼ ਆਈ ਅੱਧਾ ਕਬਰਸਤਾਨ ਦੇ ਵਿੱਚ ਗੰਦ ਖੁੱਲੇਂਦੇ ਹੋ ਨਸ਼ੇ ਪੀਂਦੇ ਹੋ ਔਰ ਮੋਬਾਈਲ ਤੇ ਇਹ ਜੂਏ ਹਾਂ ਸਾਬਣਾ ਮੈਨੂੰ ਦਫ਼ਤਰ ਵਿੱਚ ਆਖਾਈ ਕੇ ਇਹ ਕੋਈ ਐਸਾ ਬੰਦਾ ਹੈ ਜਿਹੜਾ ਇੱਥੇ ਗੰਦ ਅਤੇ ਨਸ਼ਾ ਅਤੇ ਪਾਣੀ ਜਿਹੜੇ ਇਸ ਇਲਾਕੇ 'ਚ ਪਾਕਿਸਤਾਨ 'ਚ ਇਹ ਪਾਊਡਰ ਅਤੇ ਮਨਸ਼ਾਤ ਨਹੀਂ ਲੱਭਦੀ ਆ ਕਾਨੂੰਨ ਹਰ ਕੋਤੇ 'ਚ ਅਤੇ ਤੇਰਾ ਕੀ ਚੱਕਰ ਹੈ ਮੈਨੂੰ ਇਹ ਦੱਸਾਂ ਓਏ ਬੈਠਾ ਜੀ ਫਤਿਹ ਪਤਾ ਨੀ ਜੀ ਕਹਿੰਦੀ ਪਿਓ ਸੀ ਇਹ ਪਤਾ ਨੀ ਮੈਂ ਇਹ ਰੋਜ਼ਾਨਾ ਇਹ ਬੁਹਾਰੀ ਨਾਲ ਮੇਲ ਆਉਣਾ ਨਾ ਇਹ ਕਿਸ ਇਹ ਪਤਾ ਨੀ ਜੀ ਕੋਈ ਸੱਟ ਗਈ ਹੈ ਨਸ਼ਾ ਪੀਣਾ ਨਸ਼ਾ ਕੋਈ ਨਾ ਜੀ ਫੈਤਾ ਤੇ ਬੈਠਾ ਜੀ ਮੈਂ ਤਾਂ ਆਪਣੇ ਪਿਓ ਦੀ ਕਬਰ ਤੇ ਅੱਜ ਉਹਨੇ ਮੰਗੋ ਲਈ ਮਾਂ ਕੇ ਫੈਤਾ ਖਾਵਾਂ ਆਪੇ ਦੀ ਕਬਰ ਤੇ ਫੈਤਾ ਖਾਵਾਂ ਅੱਬੇ ਦੀ ਕਬਰ ਤੇ ਜੀ ਫੈਤਾ ਤਾਂ ਬੈਠਾ ਪਹਿਲੇ ਗੱਲ ਕਰ ਬਈ ਸਿਗਰਟ ਨਸ਼ਾ ਪਤਾ ਨੀ ਕੋ ਨਿਗੋ ਸਾਵਾਂ ਸਾਟ ਗਈ ਹੈ ਜੀ ਤੇ ਭਾਈ ਲਾ ਗਈ ਹੈ ਅਗਰ ਬੱਤੀਆਂ ਲਾਈਆਂ ਨਹੀਂ ਮੈਂ ਜੀ ਫੈਤਾ ਖੁਣਾਇਆ ਬੈਠਾ ਕੌਣ ਕਹਿੰਦੀ ਕਬਰ ਇਹ ਜੀ ਮੇਰੇ ਵਾਲਦ ਸਾਹਿਬ ਦੀ ਹੈ ਜੀ ਅੱਛਾ ਅੱਛਾ ਵਾਲਦ ਸਾਹਿਬ ਦੀ ਅੱਛਾ ਅੱਛਾ ਮੈਂ ਚੰਗਾ ਠੱਗਾ ਗਈ ਅੱਲਾ ਕੀਤਾ ਜਾਨ ਛੋੜ ਗਈ ਕਿਹੜੇ ਪਾਸੇ ਗਿਆ ਉੱਕਾ ਕੋ ਕਾਨੂੰਨ ਅੰਨਾ ਸਿਆਦ ਅੰਨਾ ਸਿਆਦ ਕਾਨੂੰਨ ਕਿਹੜਾ ਪੱਤਾ ਵੀ ਕਿਹੜੀ ਗੱਲ ਹੈ ਤੇ ਕਿਹੜੀ ਓਏ ਜੀ ਜੀ ਕੀ ਨਾਂ ਹੈ ਮੇਰਾ ਨਾਂ ਜੀ ਨਾਂ ਦੱਸਾ ਕੀ ਕਰੇਂਦੇ ਹੋ ਨਾਂ ਦੱਸਾ ਫਜ਼ੁੱਲਾ ਛੱਤੀ ਖੋ ਖਿਆਲ ਆ ਜੀ ਤਲਾਸ਼ੀ ਦੇ ਨਾ ਦੇ ਤੱਕ ਦਾ ਤਲਾਸ਼ੀ ਕਬਰ ਅੱਛਾ ਤੂੰ ਮੈਨੂੰ ਦੱਸਾ ਇਹ ਜਿਹੜਾ ਤਾ ਇਹ ਕਿਆ ਦਾ ਪਿਆ ਹੈ ਅਬ ਵਾਲਦ ਸਾਹਿਬ ਦੀ ਜੀ ਕਬਰ ਤੇ ਫਾਤਾ ਦਾ ਖਲ ਵਾਲਦ ਸਾਹਿਬ ਦੀ ਤੇ ਤਲੇ ਬਾਰੇ ਕਹਿੰਦੇ ਵਾਲਦ ਸਾਹਿਬ ਦੀ ਕਬਰ ਤੇ ਫਾਤਾ ਦਾ ਪਿਆ ਹੈ ਬੜੀ ਗੱਲ ਹੈ ਯਾਰ ਬਹੁਤ ਨੇਕ ਆਦਮੀ ਇਹ ਤੁਸੀਂ ਕਲਾਮ ਪੜਵਾ ਚਾ ਤਾ ਮੈਂ ਤੂੰ ਪਤਾ ਆਪ ਚੱਲੇ ਆ ਕਲਾਮ ਪੜਨਾ ਪਹਿਲੇ ਮੈਂ ਵੁਜ਼ੂ ਕਰਕੇ ਨਾ ਪਹਿਲੇ ਵੁਜ਼ੂ ਕਰਕੇ ਨਾ ਪਹਿਲੇ ਮੈਂ
ਤੂੰ ਮੈਨੂੰ ਇਹ ਦੱਸਾਂ ਕਾਨੂੰਨ ਅਫਸਰ ਦੇ ਸਾਹਮਣੇ ਤੂੰ ਬੱਚੇ ਦੀ ਕਬੋਰੇ ਤੇ ਤੂੰ ਆਦਾ ਮੇਰੀ ਵਾਲਿਦ ਦੀ ਕਬੋਰੇ ਠੀਕ ਆ ਤੇ ਵਾਲਿਦ ਸਾਹਿਬ ਹੋਣਾ ਬਚਪਨ ਚ ਫੌਤ ਥੀ ਗਿਆ ਜੀ ਨਿੱਕੇ ਹਨ ਤਾਂ ਫੌਤ ਥੀ ਗਿਆ ਅਲਟਰਾਸਾਊਂਡ ਕਰੇ ਜਨਾਬ ਗੱਲ ਇਹ ਕਿ ਇਹ ਸੁਲਤਾਨ ਜ਼ਿਕਰੀਆ ਸਾਡੇ ਬਜ਼ੁਰਗ ਔਰ ਇਹ ਕਬਰਸਤਾਨ ਸਾਡੇ ਮਾਂ ਪਿਓ ਭੈਣਾਂ ਭਰਾ ਬੱਚੇ ਇੱਥੇ ਦਫ਼ਨ ਹਨ ਔਰ ਕਿਤਨੇ ਮਹੀਨੇ ਤੋਂ ਮੈਂ ਤਾੜ ਚਮ ਇੱਥੇ ਨਾ ਗੰਦਗੀ ਫੈਲਾਈ ਹੋਈ ਹੈ ਔਰ ਜਨਾਬ ਇੱਥੇ ਪਾਊਡਰ ਮਨਸ਼ੀਆਤ ਔਰ ਹੋਰ ਕਿਸਮ ਕਿ ਕੋਸ਼ਿਸ਼ ਲਈ ਇਹਨਾਂ ਦੇ ਹਨ ਲੱਗਦਾ ਤਾਂ ਨਹੀਂ ਪਾਊਡਰੀ ਨਾ ਜੀ ਕੋਲਾ ਪਾਊਡਰੀ ਜੀ ਜੇ ਮੇਰੇ ਵਾਤ ਹਾਜੀ ਸਾਹਿਬ ਇੱਕ ਗੱਲ ਸੁਣੋ ਇਹ ਜਿਹੜੇ ਨਸ਼ੇਈ ਜਾਂ ਕੋਈ ਐ ਵੀ ਚੋਰ ਹੋਣੇ ਨਾ ਇਹ ਨਿੰਨ ਮੰਨੇ ਦੇ ਮੈਂ ਤੁਹਾਨੂੰ ਹੁਣੇ ਮਨਵਾ ਕਿੰਨਾ ਹੋਏ ਤਲਾਸ਼ੀ ਦੇ ਨਾ ਦੇ ਸਕਦਾ ਤਲਾਸ਼ੀ ਨਾ ਦੇ ਸਕਦਾ ਸੁਣਦੇ ਪਏ ਹੋ ਕਬਰਸਤਾਨ ਦੇ ਵਿੱਚ ਇਤਨੀ ਗੰਦਗੀ ਪਈ ਏ ਅਸੀਂ ਇੱਥੇ ਆਉਣਾ ਤੁਸੀਂ ਹੀ ਆਉਣਾ ਤੁਹਾਡੇ ਵਿੱਚ ਬਜ਼ੁਰਗ ਵੀ ਹਨ ਕਿਆ ਇਹ ਇੱਥੇ ਆਸਕੀਆਂ ਮਸ਼ੂਕੀਆਂ ਵਾਲੀ ਜਾਏ ਕਿਆ ਇੱਥੇ ਗੰਦਗੀ ਫੈਲਾਉਣ ਵਾਲੀ ਜਾਏ ਫਾਤਾ ਪੜੋ ਦਰੂਦ ਪੜੋ ਉਹ ਕਿਹੜਾ ਸੋਹਣਾ ਗੱਭਰੂ ਉਹ ਕਹਿੰਦਾ ਸੋਹਣਾ ਗੱਭਰੂ ਅਤੇ ਤੂੰ ਆਪਣਾ ਹਾਲ ਕੀ ਕੀਤੀ ਜਾਂਦਾ ਮੈਂ ਤੈਨੂੰ ਡੱਕ ਦੇਸਾਂ ਥਾਣੇ ਵੰਨ ਕੇ ਸਲਾਖਾਂ ਦੇ ਪਿੱਛੇ ਹਾਜੀ ਸਾਹਿਬ ਤੁਸੀਂ ਆਗੂ ਨਾ ਆਵੇ ਤਲਾਸ਼ੀ ਦੇ ਮਜਬੂਰ ਮੈਂ ਕਰਾਂ ਦਾ ਕਿਹੜੀ ਤਲਾਸ਼ੀ ਦੇਵਾਂ ਮੇਰਾ ਚੋਲਾ ਹੀ ਕੋ ਨਹੀਂ ਬੇਰੁਜ਼ਗਾਰ ਆਦਮੀ ਆ 16 ਪੜਾ ਵਤਾ ਵੱਲੇ ਤਾਂ ਘਰੋਂ ਨਿਕਲਦਾ ਤਾਨਾ ਢੀਂਦਾ ਕੁਛ ਨਹੀਂ ਕਮਾਂਦਾ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ ਤੇਰੇ ਨਾਲ ਹਮਦਰਦੀ ਏ ਲੇਕਿਨ ਸਾਰੇ ਨਸ਼ਿਆਂ ਨੂੰ ਆਖ ਦੇ ਕਿ ਹਕੂਮਤ ਬੜੀ ਹਰਕਤ ਵਿੱਚ ਏ ਪੰਜਾਬ ਪੁਲਿਸ ਨੂੰ ਕੋਈ ਇੰਜ ਨਾ ਸਮਝੇ ਅਤੇ ਖਾਲੇ ਜੀ ਦਾ ਘਰ ਯਕੀਨ ਕਰ ਦੇਣ ਆਟੇ 'ਚੋਂ ਵਾਲ ਕੱਢ ਗਿੰਨੇ ਹਾਂ ਅਸਾਂ ਅਤੇ ਐਂਦਾ ਕਬਰਸਤਾਨ ਦੇ ਵਿੱਚ ਗੰਦਗੀ ਜਾਂ ਕੋਈ ਇਹ ਮਨਸ਼ੀਆਤ ਜਾਂ ਜੂਆ ਤਾਂ ਮੈਂ ਇੱਟ ਨਾਲ ਇੱਟ ਵਜਾ ਦੇਸਾਂ ਇੱਟ ਨਾਲ ਇੱਟ ਵਜਾ ਦੇਸਾਂ ਚੱਲ ਮੈਂ ਤੈਨੂੰ ਮਾਫ਼ ਕੀਤਾ ਚੱਲ ਤੇਰੀ ਬਾਹ ਹੈ ਕਿ ਮੂਲੀ ਹੈ ਚੱਬਲ ਦਾ ਬੱਚਾ ਮੈਂ ਤੇਰਾ ਸਿਰ ਫੇਰ ਸੱਟੇ ਸੋ ਇਥਾਂ ਹੀ ਨਹੀਂ ਨਹੀਂ ਲੁੱਟੇ ਥਾਣੇ ਨੇ ਖੇਨ ਵਜੋ ਤੂੰ ਠੀਕ ਹੈ ਹਾਜੀ ਸਾਹਿਬ ਹੁਣ ਡਿਠਾ ਨੇ ਹਾਂ ਇਹ ਨਹੀਂ ਹੈ ਵਾਕੀ ਨਹੀਂ ਆ ਰਹੇ ਕੋਈ ਖੋਤੇ ਦਾ ਵਾਸੇ ਬਿਆੜੀ ਤੇ ਨਾ ਚੜੇ ਪਾਣੀ ਕੋ ਨਹੀਂ ਜਾ ਮੋੜੇ ਚੜਦੀ ਵੇ ਯਾਰ ਚੁੱਪ ਕਰ ਬੈਠ ਚੜਦੀ ਜੀ ਬਿਆੜੀ ਤੇ ਚੜਦੀ ਕੋਤਾ ਚੜਦੀ ਆ ਆਲਵ ਹੁਣ ਤਾਂ ਰਾਦੀ ਚਲ ਗਏ ਗੱਡੀ ਕਿੱਥੇ ਮੈਂ ਨਾ ਟੁਰ ਸਕਦਾ ਮੈਨੂੰ ਬਰੈਸਟ ਲਗਾਇਆ ਲੱਤਾਂ ਦੇ ਵਿੱਚ ਓ ਚਾ ਲੱਗਾ ਨਹੀਂ ਕਿੱਥੇ ਗੱਡੀ ਯਾਰ ਤੇ ਹੈ ਤੇ ਸਹੀ ਮੇਰੇ ਖਿਆਲ ਹੈ ਵਾਹ ਬਈ ਅਜੀਬ ਕਬਰਸਤਾਨ ਦੇ ਵਿੱਚ ਕੋਈ ਮੋਟਰਸਾਈਕਲ ਸਾਈਕਲ ਚੱਲ ਰਹੀ ਮੇਰੇ ਖਿਆਲ ਹੈ ਉਸ ਗੱਡੀ ਕੋ ਉਹ ਖਲਾਰ ਕੇ ਮੈਨ ਪਤਾ ਜੀ ਓ ਚਾ ਚੱਲ ਰਹੀ ਚਲਾ ਕਰ ਨਹੀਂ ਜੀ ਮੈਂ ਤੇ ਨਹੀਂ ਤੇ ਮੈਂ ਤੇ ਨਾਰਾਜ਼ ਨਹੀਂ ਹੋ ਜੀ ਤਹੀ ਗੱਲ ਕਰਾਂ ਓ ਯਾਰ ਤੂੰ ਗੱਲਾਂ ਬੜੀਆਂ ਕਰੇ ਨੇ ਗੱਲਾਂ ਬੜੀਆਂ ਕਰੇ ਨੇ ਮੈਂ ਤਾਂ ਦਾ ਜੀ ਤੁਸਾਂ ਚਲਾਓ ਮੈਂ ਨਾ ਵਜਾ ਮੈਂ ਨਾ ਚਲਾਂਦਾ ਤੁਹਾਰੇ ਨਹੀਂ ਕਾਂਡ ਥੀਦੀ ਤੇ ਮੈਂ ਕਾਨੂੰਨ ਨੂੰ ਕਾਂਡ ਨਾ ਕਰਨਾ ਚਾਹੁੰਦਾ ਜੀ ਹਾਂ ਇਸ ਗੱਲ ਤੇ ਮੈਂ ਤੈਨੂੰ ਸਲਾਮ ਕਰਨਾ ਚਾਹਨਾ ਕਿ ਤੂੰ ਕਾਨੂੰਨ ਨੂੰ ਕਾਂਡ ਨਹੀਂ ਕਰਨਾ ਚਾਹੀਦਾ ਕਾਨੂੰਨ ਦੀ ਕਾਂਡ ਕਰਨੀ ਨਹੀਂ ਚਾਹੀਦੀ ਕਿਉਂਕਿ ਕਾਨੂੰਨ ਕਾਨੂੰਨ ਹੈ ਇਹ ਕਰ ਬਾਤ ਅਗੂ ਬਾਸੀ ਕੇ ਪਿੱਛੂ ਬਾ
ਨਾਰਾਜ਼ ਨਹੀਂ ਹੋਏ ਤੇ ਝਾਂ ਕੋਈ ਨਹੀਂ ਮੈਂ ਤੁਹਾਡੀ ਮੋਢਿਆਂ 'ਤੇ ਬੈਠਾ ਵਾਂ ਜੀ। ਬਸ